ਦੁਨੀਆ ਦੀ ਇੱਕ ਵੱਡੀ ਆਬਾਦੀ ਏਸ਼ੀਆ ਮਹਾਦੀਪ ਵਿੱਚ ਨਿਵਾਸ ਕਰਦੀ ਹੈ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਸਾਲ 2018 ਦੇ ਵਿੱਚ ਕਰੀਬ 78.3 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਇਹਨਾਂ ਵਿੱਚੋਂ 33% ਸਾਊਥ ਏਸ਼ੀਆ ਵਿੱਚ, ਜਦੋਂ ਕਿ 9% ਏਸ਼ੀਆ ਈਸਟ ਅਤੇ ਏਸ਼ੀਆ ਪੈਸੀਫਿਕ ਵਿੱਚ ਰਹਿੰਦੇ ਹਨ। ਹਾਲਾਂਕਿ ਅਜਿਹਾ ਨਹੀਂ ਹੈ ਕਿ ਏਸ਼ੀਆ ਮਹਾਦੀਪ ਵਿੱਚ ਪੈਸਾ ਨਹੀਂ ਹੈ, ਪਰ ਏਸ਼ੀਆ ਦਾ ਜ਼ਿਆਦਾਤਰ ਪੈਸਾ ਕੁਝ ਅਮੀਰ ਪਰਿਵਾਰਾਂ ਤੱਕ ਸੀਮਿਤ ਹੈ। ਜੇਕਰ ਗੱਲ ਏਸ਼ੀਆ ਮਹਾਦੀਪ ਦੀ ਕਰੀਏ ਤਾਂ ਇੱਥੇ ਦੇ 20 ਅਮੀਰ ਪਰਿਵਾਰਾਂ ਕੋਲ ਜਿੰਨੀ ਜਾਇਦਾਦ ਹੈ, ਉਹ ਕਰੀਬ ਏਸ਼ੀਆ ਦੇ 20 ਗਰੀਬ ਦੇਸ਼ਾਂ ਦੀ GDP ਦੇ ਬਰਾਬਰ ਹੈ। ਏਸ਼ੀਆ ਦੇ 20 ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰ ਕੋਲ ਹੁਣ 450 ਅਰਬ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਹੈ। ਬਲੂਮਬਰਗ ਵੱਲੋਂ ਤਿਆਰ ਇਸ ਸੂਚੀ ਵਿੱਚ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦਾ ਪਰਿਵਾਰ 50.4 ਅਰਬ ਡਾਲਰ ਜਾਇਦਾਦ ਦੇ ਨਾਲ ਸਭ ਤੋਂ ਅੱਗੇ ਹੈ। ਸ਼ਾਪੁਰਜੀ ਪਨੋਲੋਜੀ ਅਤੇ ਹਿੰਦੂਜਾ ਬ੍ਰਦਰਸ ਵੀ ਏਸ਼ੀਆ ਦੇ 20 ਸਭ ਤੋਂ ਅਮੀਰ ਪਰਿਵਾਰਾਂ ਵਿੱਚ ਸ਼ਾਮਿਲ ਹਨ। ਇਸ ਲਿਸਟ ਵਿੱਚ 3 ਇੰਡੀਅਨ ਪਰਿਵਾਰ ਸ਼ਾਮਿਲ ਨੇ, ਜਿਨ੍ਹਾਂ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਪਰਿਵਾਰ ਟਾਪ ਤੇ ਹੈ। ਉੱਥੇ ਹੀ ਇਹਨਾਂ ਦੇ ਛੋਟੇ ਭਰਾ ਅਨਿਲ ਅੰਬਾਨੀ ਇਸ ਲਿਸਟ ਵਿੱਚ 17ਵੇਂ ਸਥਾਨ ਤੇ ਕਾਬਜ਼ ਹਨ। ਇਸ ਲਿਸਟ ਵਿੱਚ ਸੁਪੁਰਜੀ ਪਲੋਨਜੀ ਸਮੂਹ ਤੇ ਹਿੰਦੂਜਾ ਬ੍ਰਦਰਸ ਵੀ ਸ਼ਾਮਿਲ ਨੇ। IMF ਦੇ ਅੰਕੜਿਆਂ ਮੁਤਾਬਕ ਸਾਲ 2018 ਦੇ ਵਿੱਚ ਏਸ਼ੀਆ ਦੇ 20 ਸਭ ਤੋਂ ਅਮੀਰ ਦੇਸ਼ਾਂ ਦੀ GDP 468.5 ਅਰਬ ਡਾਲਰ ਸੀ। ਇਹਨਾਂ ਦੇਸ਼ਾਂ ਦੀ ਸੰਯੁਕਤ ਜਨਸੰਖਿਆ 21.63 ਕਰੋੜ ਸੀ। ਏਸ਼ੀਆ ਵਿੱਚ ਸਭ ਤੋਂ ਘੱਟ GDP ਵਾਲਾ ਦੇਸ਼ ਭੂਟਾਨ ਹੈ। ਬਲੂਮਬਰਗ ਦੀ ਰਿਪੋਰਟ ਇਸ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਏਸ਼ੀਆ ਦੇ ਟੌਪ 20 ਵਿੱਚੋਂ ਕਿੰਨੇ ਉਦਯੋਗਪਤੀ ਪਰਿਵਾਰ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਪ੍ਰਾਪਰਟੀ ਡਿਵੈਲਪਮੈਂਟ ਤੋਂ ਇਕੱਠਾ ਕਰ ਰਹੇ ਹਨ। ਇਸ ਲਿਸਟ ਵਿੱਚ ਸ਼ਾਮਿਲ ਹਾਂਗਕਾਂਗ ਦੇ ਪਰਿਵਾਰਾਂ ਲਈ ਵੀ ਇਹੀ ਸੱਚ ਹੈ। ਉਨ੍ਹਾਂ ਲਈ ਇਹ ਚਿੰਤਾ ਦੀ ਗੱਲ ਹੈ ਕਿ ਹਾਂਗਕਾਂਗ ਵਿੱਚ ਮੌਜੂਦਾ ਗੁੱਸੇ ਪਿੱਛੇ ਇੱਕ ਵਜ੍ਹਾ ਪ੍ਰਾਪਰਟੀ ਦੀ ਜ਼ਿਆਦਾ ਕੀਮਤ ਵੀ ਹੈ। ਹੋ ਸਕਦਾ ਹੈ ਕਿ ਪ੍ਰਾਪਰਟੀ ਮਾਰਕੀਟ ਉੱਤੇ ਉਨ੍ਹਾਂ ਦੀ ਪਕੜ ਢਿੱਲੀ ਕਰਨ ਦੇ ਲਈ ਕੁਝ ਰੈਗੂਲੇਸ਼ਨ ਲਗਾਏ ਜਾਣ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।